ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈੱਲ ਆਈਕਨ ਨੂੰ ਦੱਬ ਕੇ ਨੋਟੀਫਿਕੇਸ਼ਨ ਔਨ ਕਰ ਲਓ, ਹਰ ਸਰਕਾਰੀ ਨੌਕਰੀ ਜਾਣਕਾਰੀ ਸਭ ਤੋਂ। ਹੈਲੋ ਫਰੈਂਡਸ, ਮੇਰਾ ਨਾਮ ਹੈ ਹਰਦੀਪ ਸਿੰਘ, ਮੇਰੇ ਚੈਨਲ ਮੈਂ ਆਪ ਸਭੀ ਦਾ ਸਵਾਗਤ ਹੈ। ਦੋਸਤੋ, ਅੱਜ ਇੱਕ ਹੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕਾ ਜੀ। ਵੀਡੀਓ ਚੰਗਾ ਲੱਗਿਆ ਲਾਈਕ ਜ਼ਰੂਰ ਕਰਿਓ। ਜੇਕਰ ਦੋਸਤੋ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਹਰ ਇੱਕ ਸਰਕਾਰੀ ਨੌਕਰੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ। ਚਲੋ ਦੋਸਤੋ, ਇੱਦਾਂ ਵੀਡੀਓ ਸਟਾਰਟ ਕਰਦੇ ਹਾਂ। ਦੋਸਤੋ, ਜੋ ਅੱਜ ਦਾ ਨੋਟੀਫਿਕੇਸ਼ਨ ਆਇਆ, ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਆਇਆ ਜੀ। ਕੌਣ ਕੌਣ ਅਪਲਾਈ ਕਰ ਸਕਦਾ, ਅਪਲਾਈ ਕਰਨਾ ਕਿਵੇਂ ਆ, ਏਜ ਕੀ ਹੋਵੇਗੀ, ਕੁਆਲੀਫਿਕੇਸ਼ਨ ਕੀ ਹੋਵੇਗੀ, ਪੂਰਾ ਡਿਟੇਲਸ ਦੱਸਾਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ, ਆਪਾਂ ਪਹੁੰਚ ਚੁੱਕੇ ਹਾਂ ਜੀ ਇਹਨਾਂ ਦੀ ਆਫੀਸ਼ਲੀ ਵੈਬਸਾਈਟ 'ਤੇ ਜੀ। ਨੋਟੀਫਿਕੇਸ਼ਨ ਦੇਖ ਲੈਂਦੇ ਜੀ, ਕਿਹੜੇ ਕਿਹੜੇ ਨੋਟੀਫਿਕੇਸ਼ਨ ਆਏ ਨੇ ਜੀ। ਦੋ ਤਰ੍ਹਾਂ ਦੇ ਨੋਟੀਫਿਕੇਸ਼ਨ ਆਏ ਨੇ ਜੀ, ਇਹਨਾਂ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੇਵਾਂਗਾ, ਨਹੀਂ ਤਾਂ ਡਾਇਰੈਕਟ ਤੁਸੀਂ ਇੱਥੇ ਜਾ ਕੇ ਡਾਊਨਲੋਡ ਕਰ ਲੈਣਾ ਜੀ। ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਦੇਣਾ ਜੀ, ਪੜ੍ਹਨ ਤੋਂ ਬਾਅਦ ਹੀ ਤੁਸੀਂ ਇਹ ਜੋਬ ਲਈ ਅਪਲਾਈ ਕਰਨਾ ਜੀ। ਦੋਸਤੋ, ਨੋਟੀਫਿਕੇਸ਼ਨ ਨੰਬਰ 1 ਜੀ, ਪੋਸਟ ਆ ਜੀ ਰਿਸਰਚ ਇੰਟਰੈਂਸ ਦੀ ਪੋਸਟ ਆ ਜੀ। ਦੋ ਪੋਸਟਾਂ ਨੇ ਜੀ, ਕੁਆਲੀਫਿਕੇਸ਼ਨ 10ਵੀਂ ਤੁਸੀਂ ਪਾਸ ਕੀਤੀ ਆ ਔਰ ਐਕਸਪੀਰੀਅੰਸ ਆ ਤੁਹਾਡੇ ਕੋਲ ਲਾਅ ਫਰਮ ਵਿੱਚ ਵਿਦ ਇਹ ਲਾਇਰ। ਸੈਲਰੀ ਰਹੇਗੀ ਜੀ 5000 ਰੁਪਏ ਪਰ ਮੰਥ। ਤੁਸੀਂ ਆਪਣੀ ਸੈਲਫ ਅਟੈਸਟਡ ਕਾਪੀਜ਼, ਡਾਕੂਮੈਂਟਸ ਇੰਟਰਵਿਊ ਵਿੱਚ ਲੈ ਕੇ ਜਾਣੇ ਨੇ ਜੀ ਸਿਲੈਕਸ਼ਨ ਕਮੇਟੀ ਦੇ ਸਾਹਮਣੇ। 10 ਮਈ 2019 ਨੂੰ 2 ਵਜੇ ਤੁਹਾਡਾ ਇੰਟਰਵਿਊ ਹੋਵੇਗਾ ਜੀ। ਆਉਣ ਜਾਣ ਲਈ ਕੋਈ TADA ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ। ਜਦੋਂ ਤੁਸੀਂ ਇੰਟਰਵਿਊ ਵਾਸਤੇ ਜਾਣਾ ਜੀ, ਆਲ ਸਰਟੀਫਿਕੇਟਸ, ਟੈਸਟ ਨਮੋਨੀਅਲਸ ਓਰੀਜਨਲ ਲੈ ਕੇ ਤੁਸੀਂ ਇੰਟਰਵਿਊ ਵਿੱਚ ਜਾਣਾ ਜੀ। ਹੁਣ ਆਪਾਂ ਦੇਖ ਲੈਂਦੇ ਹਾਂ ਨੋਟੀਫਿਕੇਸ਼ਨ ਨੰਬਰ 2 ਜੀ। ਦੋਸਤੋ, ਨੋਟੀਫਿਕੇਸ਼ਨ ਨੰਬਰ 2 ਜੀ, ਪੋਸਟਾਂ ਨੇ ਜੀ ਰਿਸਰਚ ਐਸੋਸੀਏਟ ਦੀਆਂ ਪੋਸਟਾਂ ਨੇ ਜੀ 2। ਕੁਆਲੀਫਿਕੇਸ਼ਨ ਜੀ ਪੋਸਟ ਗ੍ਰੈਜੂਏਟ ਡਿਗਰੀ LLM MPhil PhD ਇਨ ਲਾਅ ਵਿੱਚ ਕੀਤੀ ਹੈ ਜਾਂ ਸੋਸ਼ਲ ਸਾਇੰਸ ਵਿੱਚ ਕੀਤੀ ਹੈ ਤਾਂ ਅਪਲਾਈ ਕਰ ਸਕਦੇ ਨੇ ਜੀ। ਪੇ ਸਕੇਲ ਰਹੇਗਾ 32,500 ਰੁਪਇਆ ਪਰ ਮੰਥ। ਏਜ ਲਿਮਿਟ ਹੈ ਜੀ ਯੂਨੀਵਰਸਿਟੀ ਦੇ ਰੂਲ ਦੇ ਹਿਸਾਬ ਨਾਲ ਜੀ। ਦੋਸਤੋ, ਅਪਲਾਈ ਕਿਵੇਂ ਕਰਨਾ ਜੀ? ਦੋਸਤੋ, ਇੱਕ ਫਾਰਮ ਹੈ ਜੀ ਇਹਨਾਂ ਦੀ ਆਫੀਸ਼ਲੀ ਵੈਬਸਾਈਟ 'ਤੇ ਉਪਲਬਧ ਹੈ, ਨਹੀਂ ਤਾਂ ਉਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੇਵਾਂਗਾ। ਉਹ ਫਾਰਮ ਤੁਸੀਂ ਫਿਲਅਪ ਕਰਕੇ ਆਪਣੇ ਪੂਰੇ ਡਾਕੂਮੈਂਟਸ, ਸੈਲਫ ਅਟੈਸਟਡ ਕਾਪੀਜ਼, ਡਾਕੂਮੈਂਟਸ ਨਾਲ ਲਗਾ ਕੇ ਇੰਟਰਵਿਊ ਵਾਸਤੇ ਜਾਣਾ ਜੀ ਸਿਲੈਕਸ਼ਨ ਕਮੇਟੀ। 10 ਮਈ 2019 ਨੂੰ 12 ਵਜੇ ਤੁਸੀਂ ਪਹੁੰਚ ਜਾਣਾ ਜੀ। ਦੋਸਤੋ, ਐਪਲੀਕੇਸ਼ਨ ਫਾਰਮ ਹੈ ਜੀ, ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੇਵਾਂਗਾ। ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ। ਪੜ੍ਹਨ ਤੋਂ ਬਾਅਦ ਤੁਸੀਂ ਫਿਲਅਪ ਕਰਕੇ ਪੂਰੇ ਡਾਕੂਮੈਂਟ ਸਾਰੇ ਦੇ ਨਾਲ ਲਾ ਕੇ ਤੁਸੀਂ ਜੋ ਐਡਰੈਸ 'ਤੇ ਤੁਸੀਂ ਪਹੁੰਚਣਾ ਜੀ, ਇਹ ਐਡਰੈਸ ਇਹਨਾਂ ਨੇ ਮੈਂਸ਼ਨ ਕਰਿਆ, ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਸੈਕਟਰ 16C ਦੁਆਰਕਾ ਨਈ ਦਿੱਲੀ ਵਿੱਚ ਤੁਸੀਂ ਪਹੁੰਚ ਜਾਣਾ ਜੀ 10 ਮਈ 2019 ਨੂੰ ਜੀ। ਮੇਰਾ ਵੀਡੀਓ ਚੰਗਾ ਲੱਗਿਆ ਲਾਈਕ ਜ਼ਰੂਰ ਕਰਿਓ, ਜ਼ਿਆਦਾ ਫਰੈਂਡ ਨਾਲ ਸ਼ੇਅਰ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ।